ਰਿਪੋਰਟ ਸੂਰਵੀਰ ਸਿੰਘ ਨੇ 9 ਤਰੀਕ ਦੀ ਰੱਖੀ ਹੈ। ਇਹ ਸਰਾਸਰ ਕਾਨੂੰਨ ਦੇ ਅਗੇਂਸਟ ਹੈ ਜੀ। ਔਰ ਸੁਖਵੀਰ ਸਿੰਘ ਦਾ ਰਿਕਾਰਡ ਬਾਦਲ ਪ੍ਰਤੀ ਔਰ ਸਰਸਿਆਂ ਪ੍ਰਤੀ ਜਗ ਜਾਹਰਿਆ ਹੈ। ਪਿਛਲੀਆਂ ਚੋਣਾਂ ਦੇ ਵਿੱਚ ਇਸਨੇ ਨੰਗਾ ਚਿੱਟੇ ਹੋ ਕੇ ਬਾਦਲ ਦੀ ਮਦਦ ਕੀਤੀ ਸੀ। ਜਿਤਨੀਆਂ ਬੋਗਸ ਵੋਟਾਂ ਕੱਟੀਆਂ ਗਈਆਂ ਸਨ ਇਲੈਕਸ਼ਨ ਵਾਲੇ ਦਿਨ, ਸਾਰੀਆਂ ਉਹ ਵੋਟਾਂ ਜਿਹੜੀਆਂ ਸਨ ਬੂਥਾਂ 'ਤੇ ਪਹੁੰਚ ਗਈਆਂ ਸਨ, ਉਹ ਸਾਰੀਆਂ ਭੁਗਤਾਈਆਂ ਗਈਆਂ ਸਨ। ਉਸੇ ਸੁਖਵੀਰ ਸਿੰਘ ਨੇ ਹਾਪੜ ਧਾਪੜ ਦੇ ਵਿੱਚ ਇਹ ਜਿਹੜੀ ਇਲੈਕਸ਼ਨ ਹੈਗੀ ਦਿੱਲੀ ਕਮੇਟੀ ਦੀ ਐਗਜੈਕਟਿਵ ਦੀ ਰੱਖੀ ਹੈ, ਤਾਂ ਕਿ ਸਰਸਾ ਜਿਹੜਾ ਹੈਗਾ ਉਹ ਪ੍ਰਧਾਨ ਬਣ ਸਕੇ, ਕਿਸੇ ਨੂੰ ਕੋਈ ਕਨਵੈਂਸਿੰਗ ਕਰਨ ਦਾ ਹੱਕ ਹੀ ਨਾ ਹੋਵੇ, ਟਾਈਮ ਹੀ ਨਾ ਮਿਲੇ। ਸਾਡੇ ਮੈਂਬਰਾਂ ਨੂੰ ਇਹ ਚਿੱਠੀ ਜਿਹੜੀ ਹੈ ਸੋਮਵਾਰ ਨੂੰ ਮਿਲੀ ਹੈ ਔਰ ਸਾਡੇ ਮੈਂਬਰ ਫਿਰ ਕੋਰਟ 'ਚ ਗਏ, ਜਿਹਦਾ ਫੈਸਲਾ ਜੋੜਾ ਹੈ। ਅੱਜ ਅਸੀਂ ਤੁਹਾਨੂੰ ਤਕਲੀਫ ਇਸ ਦਿੱਤੀ ਹੈ ਕਿ ਅਸੀਂ ਤਾਂ ਸ਼ੁਰੂ ਤੋਂ ਕਹਿ ਰਹੇ ਸਾਂ ਬਈ ਕਰੋੜਾਂ ਰੁਪਏ ਦੇ ਘਪਲੇ ਹੋ ਰਹੇ ਨੇ, ਦਿੱਲੀ ਕਮੇਟੀ ਲੁੱਟੀ ਜਾ ਰਹੀ ਹੈ, ਮੌਜੂਦਾ ਕਮੇਟੀ ਦੇ ਪ੍ਰਧਾਨ, ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ, ਜੁਆਇੰਟ ਸਕੱਤਰ, ਚੇਅਰਮੈਨ ਧਰਮਚਾਰ ਕਮੇਟੀ ਸਭ ਬੇਲਚਿਆਂ ਨਾਲ ਖਾਣ 'ਤੇ ਲੱਗੇ ਹੋਏ। ਸਿੱਖ ਧਰਮ ਦੀ ਮਾਨ ਮਰਿਆਦਾ ਪਰੰਪਰਾ ਨੂੰ ਸਾਰਾ ਇਹਨਾਂ ਨੇ ਮਿੱਟੀ 'ਚ ਰੋਲਿਆ। ਕੋਈ ਸਿੱਖ ਕੌਮ ਦੇ ਭਲੇ ਵਾਲਾ ਕੋਈ ਕੰਮ ਨਹੀਂ ਹੋਇਆ। ਇਹ ਜਿਹੜੀ ਐਗਜੈਕਟਿਵ ਦੀ ਮੀਟਿੰਗ ਹੋ ਰਹੀ ਹੈ, ਜਿਸ ਤਰ੍ਹਾਂ ਅੱਗੇ ਸਾਰੇ ਇਹਨਾਂ ਦੇ ਪਰਦੇ ਫਾਸ਼ ਹੋਏ ਨੇ, ਜਿਹਦੇ ਵਿੱਚ ਇਸ ਪੰਜੇ ਆਫਿਸ ਵੀਰ ਅਤੇ ਬਾਕੀ ਸਾਰੇ ਮੈਂਬਰ ਕਸੂਰਵਾਰ ਹੈਗੇ, ਦੋਸ਼ੀ ਹੈਗੇ, ਗੁਰੂ ਘਰ ਦੇ ਦੇਣਦਾਰ ਨੂੰ, ਦਿੱਲੀ ਦੀ ਸੰਗਤ ਦੇ ਦੇਣਦਾਰ ਨੂੰ। ਇਹ ਸਾਡੇ ਕੋਲ ਇਹ ਕਾਗਜ਼ ਆਏ ਨੇ ਜਿਹੜੇ ਇੱਕ ਮਹੀਨੇ ਦੀ ਚੋਰੀ 1 ਕਰੋੜ ਰੁਪਏ ਤੋਂ ਉੱਪਰ ਹੈ, ਨਹੀਂ 2 ਮਹੀਨੇ ਦੀ, 2 ਮਹੀਨੇ ਦੀ, ਚਲੋ 2 ਮਹੀਨੇ ਸੀ, 1 ਕਰੋੜ ਰੁਪਏ ਤੋਂ ਉੱਪਰ ਦੀ ਹੈ। ਔਰ ਗਜ਼ਬ ਦੀ ਗੱਲ ਹੈ ਕਿ ਇਹ ਜਿਹੜੇ ਬਿੱਲਾਂ ਦੀ ਪੇਮੈਂਟ ਹੋਈ ਹੈ ਇਹ ਸੁਖਵੀਰ ਸਿੰਘ ਔਰ ਹਰਸਿਮਰਤ ਕੌਰ ਦੀ ਨਾਲਚ 'ਚ ਹੋਈ ਹੈ। ਹਰਸਿਮਰਤ ਕੌਰ ਨੇ ਇਹ ਜਿਹੜੀ ਕੰਮ ਕਰਨ ਵਾਲੀ ਹੈ ਇਹ ਉਹਨਾਂ ਦਾ ਕੰਮ ਕਰਦੀ ਹੈ। ਟੈਂਟ ਵਾਲੇ ਨੂੰ ਪੈਸੇ ਦਿੱਤੇ ਗਏ, ਇਹਨਾਂ ਦੇ ਫਰਜ਼ੀ ਬਿੱਲ ਬਣਾ ਕੇ ਵੀ ਉਹਨਾਂ ਨੂੰ ਪੈਸੇ ਦਿੱਤੇ ਗਏ। ਜਿਹੜਾ ਸਾਡੇ ਵਗਰ ਖਰਚਾ 12-13 ਲੱਖ ਰੁਪਏ ਦਾ ਆਉਂਦਾ ਸੀ, ਉਹ ਇਹਨਾਂ ਨੇ 125-150 ਕਰੋੜ ਰੁਪਏ ਦੇ ਬਿੱਲ ਪਾਸ ਕਰਕੇ ਦਿੱਤੇ ਨੇ, ਟੈਲੀਫੋਨਾਂ ਦੇ ਬਿੱਲ ਦਿੱਤੇ ਨੇ, ਸਾਰੇ ਬਿੱਲ ਦਿੱਤੇ ਨੇ। ਮੈਂ ਇਹ ਗੱਲ ਕਹਿ ਦੇਣੀ ਚਾਹੁੰਦਾ ਵਾਂ ਕਿ ਕਿਸੇ ਕਾਸਟ ਦੇ ਸਿੱਖ ਕੌਮ ਜਿਹੜੇ ਪੁਰਾਣੇ ਆਫਿਸ ਬਿਊਰੋ ਰਹਿ ਗਏ, ਵੈਸੇ ਤਾਂ ਬਾਦਲ ਦਲ 'ਚੋਂ ਕੋਈ ਵੀ ਬੰਦਾ ਦਿੱਲੀ ਕਮੇਟੀ ਦਾ ਕੋਈ ਵੀ ਅਹੁਦੇਦਾਰ ਬਣਨ ਦੇ ਕਾਬਲ ਨਹੀਂ ਹੈ। ਜਿਸ ਤਰ੍ਹਾਂ ਦਾ ਉਹਨਾਂ ਨੇ ਪ੍ਰਬੰਧ ਪਿਛਲੇ 2 ਸਾਲਾਂ 'ਚ, ਉਸ ਤੋਂ ਪਹਿਲੇ ਜਿਨ੍ਹਾਂ ਮੈਂਬਰਾਂ ਨੇ 4 ਸਾਲਾਂ 'ਚ ਦਿੱਤਾ, 6 ਸਾਲਾਂ 'ਚ ਦਿੱਤਾ, ਪਰ ਹੁਣ ਕਿਉਂਕਿ ਕਾਨੂੰਨ ਹੈ, ਕਨਵੈਨਸ਼ਨ ਹੈ, ਕੰਸਟੀਟਿਊਸ਼ਨ ਹੈ, ਉਹਦੇ ਹਿਸਾਬ ਸਿਰ ਇਹਨਾਂ ਦੀ ਚੋਣ ਹੋਣੀ ਹੈ, ਪਰ ਇਹਨਾਂ 5 ਮੈਂਬਰਾਂ 'ਚੋਂ ਕੋਈ ਹੱਕ ਨਹੀਂ ਰੱਖਦਾ, ਖਾਸ ਕਰਕੇ ਜਨਰਲ ਸਕੱਤਰ ਅਤੇ ਪ੍ਰਧਾਨ ਤਾਂ ਕੋਈ ਦਾਅਵੇਦਾਰ ਹੋ ਹੀ ਨਹੀਂ ਸਕਦੇ। ਇਹ ਪੂਰੀ ਡਿਟੇਲ ਸਰਦਾਰ ਰਵਿੰਦਰ ਸਿੰਘ ਉਹਨੂੰ ਤੁਹਾਨੂੰ ਸਾਰੀ ਦੱਸ ਦੇਗਾ। ਦੇਖੋ ਜੀ, ਇਹ ਸਿੱਖੀ ਤੋਂ ਕੋਰੇ ਜਿਹੜੇ ਹੈਗੇ, ਸਿੱਖਾਂ ਦੀ ABC ਨਹੀਂ ਪਤਾ, ਅੱਜ ਉਹ ਦਿੱਲੀ ਕਮੇਟੀ ਦੇ ਢੰਗ ਵਰਤ ਕੇ ਪ੍ਰਧਾਨ ਬਣਨਾ ਚਾਹੁੰਦੇ ਹਨ, ਕੌਮ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ ਬਣਨ ਨਹੀਂ ਦੇਗੀ। ਔਰ ਬਾਦਲਾਂ ਨੂੰ ਇਹੋ ਜਿਹੇ ਭ੍ਰਸ਼ਟ ਬੰਦਿਆਂ ਨੂੰ ਪ੍ਰਧਾਨ ਬਣਾ ਕੇ ਬੜੀ ਵੱਡੀ ਕੀਮਤ ਅੱਗੇ ਦੇ ਰਹੇ ਨੇ, ਇਸ ਤੋਂ ਵੱਧ ਕੀਮਤ ਹੋਰ ਦੇਣੀ ਪਏਗੀ, ਇਹ ਨਿਕਤੋ ਨਬੂਦ ਹੋ ਜਾਣਗੇ ਬਿਲਕੁਲ। ਦੇਖੋ ਜੀ, ਇੱਕ ਕੰਪਨੀ ਹੈਗੀ ਰਾਈਜ਼ਿੰਗ ਵਾਲ, ਰਾਈਜ਼ਿੰਗ ਵਾਲ ਇਹ ਕੰਪਨੀ ਬਾਦਲਾਂ ਵੱਲੋਂ ਰੈਫਰ ਕੀਤੀ ਗਈ ਹੈ,
ਉੱਤੇ ਲਿਖੀ ਹੋਈ ਹੈ ਵੈਡਿੰਗ ਐਂਡ ਈਵੈਂਟ ਪਲੈਨਰ। ਮੈਂ ਪੁੱਛਣਾ ਚਾਹੁੰਦਾ ਹਾਂ ਵੀ ਵੈਡਿੰਗ ਐਂਡ ਈਵੈਂਟ ਪਲੈਨਰ ਦਾ ਦਿੱਲੀ ਗੁਰਦੁਆਰਾ ਕਮੇਟੀ ਦੇ ਵਿੱਚ ਕੰਮ ਕੀ ਹੈਗਾ, ਇਹਨਾਂ ਦਾ ਰੋਲ ਕੀ ਹੈਗਾ। ਹੁਣ ਇਹ ਕੀ ਕਰਦੇ ਜੀ ਵੀ ਇਹ ਓਰੀਜਨਲ ਬਿੱਲ 'ਤੇ ਬਣਾਇਆ ਰਾਜਾ ਟੈਂਟ ਹਾਊਸ ਨੇ, ਉਸੀ ਡੇਟ ਦਾ 6 ਗੁਣਾ ਵੱਧ ਬਿੱਲ ਬਣਾ ਦਿੱਤਾ ਉਹਨਾਂ ਹੀ ਚੀਜ਼ਾਂ ਦਾ ਰਾਈਜ਼ਿੰਗ ਵਾਲ ਨੇ। 13-4 ਦਾ ਬਿੱਲ ਰਾਈਜ਼ਿੰਗ ਟੈਂਟ ਦਾ ਅਤੇ 13-4 ਦਾ ਬਿੱਲ ਹੈਗਾ ਰਾਈਜ਼ਿੰਗ ਵਾਲ ਦਾ, ਜਿਹਦਾ ਕੋਈ ਐਡਰੈਸ ਵਗੈਰਾ ਕੁਝ ਵੀ ਨਹੀਂ ਲਿਖਿਆ ਹੋਇਆ। ਇਹ ਕਿਸੇ ਦਾ 6800 ਦਾ 30,000, ਇਹ 10-10 ਗੁਣਾ 7900 ਦਾ 33,000, 26,000 ਦਾ 1,02,000, ਇਹ ਟੋਟਲ ਪੇਮੈਂਟ ਜਿਹੜੀ ਗਈ ਹੋਈ ਹੈ, ਇਹ ਟੋਟਲ ਪੇਮੈਂਟ ਜਿਹੜੀ ਗਈ ਹੈ ਇਹ 13,46,000 ਦਾ 1 ਚੱਕ ਗਿਆ, 12 ਦਾ 1 ਗਿਆ, 17 ਦਾ 1 ਗਿਆ, 20 ਦਾ 1 ਗਿਆ, 3,61,000 ਦਾ, 8,70 ਦਾ ਅਤੇ 30,77,000 ਦਾ। ਇਹ ਟੋਟਲ 1 ਕਰੋੜ ਦੇ ਕਰੀਬ ਇਹ ਰਕਮ ਜਿਹੜੀ ਹੈ ਉਹ ਪੈਂਦੀ ਹੈ। ਇਹ ਕਾਗਜ਼ ਸਾਡੇ ਕੋਲ ਹੋਰ ਵੀ ਬਹੁਤ ਆ ਰਹੇ ਨੇ, ਇਹ ਚੋਰੀਆਂ ਚਕਾਰੀਆਂ, ਇਹ ਖਾਲੀ 2 ਮਹੀਨੇ ਦੀਆਂ ਟਾਈਮ ਪੀਰੀਅਡ ਦਾ, ਇਹ 13-4 ਦੂਸਰੇ ਮਹੀਨੇ ਦੇ ਵਿੱਚ ਬੈਠੇ ਜੀ, ਸੰਨ 13 ਦੇ ਵਿੱਚ ਮਾਰਚ ਐਂਡ ਦੇ ਵਿੱਚ 1-3 ਨੂੰ ਬੈਠੇ ਨੇ, ਇਹਨਾਂ ਨੇ ਚੋਰੀ ਬੈਠਦਿਆਂ ਚਾਰ ਚੁੱਕ ਕਰ ਦਿੱਤੀ ਹੈ। ਇਹ ਤੀਸਰੇ ਔਰ ਚੌਥੇ ਮਹੀਨੇ ਦੇ ਸਾਰੇ ਬਿੱਲ ਹੈ, ਇੱਕ ਅੱਧ ਬਿੱਲ 5ਵੇਂ ਮਹੀਨੇ ਦਾ ਬਾਕੀ ਹੈ। ਇਹ ਸਾਡੇ ਕੋਲ ਹੁਣ ਹੋਰ ਬਿੱਲ ਕਾਗਜ਼ ਜਿਹੜੇ ਨੇ ਅਸੀਂ ਕਾਫੀ ਬੰਡਲ ਪਏ ਹੋਏ ਨੇ ਸਾਡੇ ਕੋਲ, ਅਸੀਂ ਸਕਰੂਟਨਾਈਜ਼ ਕਰ ਰਹੇ ਹਾਂ। ਅੱਜ ਕਿਉਂਕਿ ਬੜੀ ਐਮਰਜੈਂਸੀ ਪੈ ਗਈ, ਸਾਨੂੰ ਜਾਣਾ ਪੈ ਗਿਆ, ਇਸ ਕਰਕੇ ਅਸੀਂ ਤੁਹਾਨੂੰ ਤਕਲੀਫ ਸਵੇਰੇ ਸਵੇਰੇ ਦਿੱਤੀ ਹੈ। ਅਸੀਂ ਬਿਲਟ ਅਪ ਨਹੀਂ ਕਰ ਸਕੇ ਕੇਸ ਨੂੰ, ਇਹ ਕਾਗਜ਼ਾਂ ਦੇ ਪਲੰਦਰ ਮੈਂ ਅਸੀਂ ਤੁਹਾਨੂੰ ਦੇ ਦਿਆਂਗੇ, ਤੁਸੀਂ ਜਾ ਕੇ ਨਿਗਾਹ ਮਾਰਨਾ ਵੀ ਦੇਖੋ ਵੀ ਕੀ ਹਾਲ ਕੀਤਾ ਇਹਨਾਂ ਨੇ ਗੁਰਦੁਆਰਾ ਕਮੇਟੀ ਦਾ। ਇਹ ਤਾਂ ਗੱਲ ਹੋ ਗਈ ਇਹਦੀ ਟੈਂਟਾਂ ਦੀ, ਐਨਕਾਂ ਦੇ ਬਿੱਲ ਪਏ ਹੋਏ ਜੀ, ਜਿਹੜੀਆਂ ਐਨਕਾਂ ਪਤਾ ਨਹੀਂ ਐਨਕਾਂ ਕਿੰਨੇ ਖਰੀਦ ਲਈਆਂ, 30,000 ਰੁਪਏ ਦੀਆਂ, 29,799 ਰੁਪਏ ਦੀਆਂ ਐਨਕਾਂ ਸ਼ੰਕਰ ਰੋਡ ਤੋਂ। ਬੜੇ ਭਾਈ ਇਹਦੀ ਨਜ਼ਰ ਕਮਜ਼ੋਰ ਹੈ ਅਤੇ ਆਪਣੇ ਕੋਲੋਂ ਪੈਸੇ ਦਿਓ ਨਾ, ਸਾਨੂੰ ਤਾਂ ਸ਼ੁਭਾ ਪੈ ਰਿਹਾ ਵੀ ਜਿਹੜੇ ਘਰ ਦੇ ਰਸੋਈ ਦੇ ਖਰਚੇ ਨੇ ਉਹ ਵੀ ਦਿੱਲੀ ਗੁਰਦੁਆਰਾ ਕਮੇਟੀ ਤੋਂ ਜਾ ਰਹੇ ਨੇ। ਇਹ ਤਾਂ ਹੋ ਗਏ ਐਨਕਾਂ ਦੇ, ਬੀਜੇਪੀ ਦੇ ਫੰਕਸ਼ਨਾਂ ਦੇ ਬਿੱਲ ਵੀ ਦਿੱਲੀ ਗੁਰਦੁਆਰਾ ਕਮੇਟੀ ਪੇ ਕਰ ਰਹੀ ਹੈ। ਹੁਣ ਇਹ 30-12-17 ਨੂੰ ਇਹ ਮਨੋਜ ਤਿਵਾੜੀ ਦਾ ਫੰਕਸ਼ਨ ਸੀ, ਪੂਰੀ ਤਰੀਕ ਦੱਸੋ, 30-12-17 ਇਹ ਰੈਣ ਬਸੇਰੇ 'ਤੇ ਇਹਨਾਂ ਦਾ ਫੰਕਸ਼ਨ ਸੀ ਬੀਜੇਪੀ ਦਾ। 1,000 ਡੱਬਾ ਬਰਗਰ, ਚਿਪਸ, ਸੈਂਡਵਿਚ, ਸਮੋਸੇ, ਢੋਕਲੇ, ਛੋਲੇ, ਕੁਲਚੇ, ਪਾਓ ਭਾਜੀ, ਗੁਲਾਬ ਜਾਮਨ। ਬਈ ਤੁਸੀਂ ਕੋਈ ਮਨੋਜ ਤਿਵਾੜੀ ਦਾ ਜਨਮ ਦਿਨ ਮਨਾਉਣਾ ਹੈ ਅਤੇ ਬੀਜੇਪੀ ਮਨਾਏ, ਉਹ ਆਪਣੇ ਪੈਸੇ ਦੇਵੇ, ਨਹੀਂ ਆਪਣੇ ਕੋਲੋਂ ਖਰਚਾ, ਆਪਣੇ ਕੋਲੋਂ ਖਰਚੇ। ਕੋਈ ਕੰਗਲਾ ਮਨੋਜ ਤਿਵਾੜੀ, ਕਰੋੜਪਤੀ ਆਦਮੀ ਹੈਗਾ, ਜਾਂ ਸਰਸਾ ਕੰਗਲਾ, ਸਰਸਾ ਕੰਗਲਾ ਮੈਂ 500 ਕਰੋੜ ਦਾ ਮਾਲਕ ਹਾਂ, ਖਰਚ ਦੇਵੇ ਨਾ 5 ਕਰੋੜ, 2,000 ਕਰੋੜ ਦਾ। ਫਿਰ ਕੰਬਲ ਦੇ ਰਹੇ ਨੇ ਬੀਜੇਪੀ ਵਾਲੇ, ਬਿੱਲ ਪੇ ਕਰ ਰਹੀ ਹੈ ਦਿੱਲੀ ਗੁਰਦੁਆਰਾ ਕਮੇਟੀ, ਇਹ ਹੈਗਾ ਜੀ 51,410 ਰੁਪਏ ਦਾ। ਇਹ ਖਾਣ ਦਾ ਬਿੱਲ ਇਹ ਹੀ 30-12 ਦਾ ਜੀ, ਹਾਂਜੀ ਇਹ ਸਾਰੇ ਬਿੱਲ ਹਨ। ਹੁਣ ਇਹ ਸਰਸੇ ਨੇ ਆਪਣਾ ਬੰਦਾ ਰੱਖਿਆ ਹੋਇਆ, 1,000 ਡੱਬੇ ਦਾ ਜੀ ਕਿੰਨੇ ਦਾ ਬਿੱਲ ਹੈ, 1.5 ਲੱਖ ਰੁਪਏ ਦਾ ਸਰਸੇ ਦਾ ਬੰਦਾ ਹੈ,
19-2-18 ਨੂੰ ਇੱਕ ਮਹੀਨੇ ਦਾ ਇਹ ਖਾਲੀ ਸਾਰੇ ਸੈਂਕਸ਼ਨ ਸਰਸੇ ਵੱਲੋਂ ਹੈਗੀ ਸਿੰਗਲ ਹੈਂਡਡਲੀ ਚੈੱਕਾਂ ਦੇ ਉੱਪਰ ਪ੍ਰਧਾਨ ਦੇ ਦਸਖਤ ਹਨ ਮੇਰੇ ਖਿਆਲ ਉਹ ਸਿੰਗਲ ਹੈਂਡਡਲੀ ਜਿਹੜੇ ਕਲੀਅਰ ਕਰਦਾ ਰਿਹਾ ਉਹ ਸਰਸਾ ਕਲੀਅਰ ਕਰਦਾ ਰਿਹਾ ਜਿਹੜੇ ਸਰਸੇ ਨੇ ਪੈਸੇ ਕੱਢਣੇ ਨੇ ਉਹ ਸਰਸਾ ਸਾਈਨ ਕਰ ਦਿੰਦਾ ਸੀ ਜੀ ਫੋਟੋ ਖਿੱਚੀ ਹੋਈ ਹੈ ਨਾਲ ਓਰੀਜਨਲ ਫੋਟੋ ਖਿੱਚੀ ਹੋਈ ਹੈ ਤੁਸੀਂ ਵੈਰੀਫਾਈ ਕਰ ਲਓ ਜਾਂ ਤਾਂ ਉਹ ਕਹਿ ਦੇਵੇ ਜੀ ਮੇਰੇ ਸਾਈਨ ਨਹੀਂ ਹੈਗੇ ਕਹਿ ਦੇਵੇ ਵੀ ਇਹ ਦਿੱਲੀ ਕਮੇਟੀ ਦਾ ਪਰਚਾ ਵੀ ਨਹੀਂ ਹੈਗਾ ਸਾਈਨ ਵੀ ਨਹੀਂ ਹੈਗੇ ਇਹ ਚੈੱਕ ਵੀ ਦਿੱਲੀ ਕਮੇਟੀ ਦੇ ਨਹੀਂ ਹੈਗੇ ਸਾਡੇ ਕੋਲ ਤਾਂ ਚੈੱਕ ਵੀ ਪਏ ਹੋਏ ਹੋਲਡਿੰਗ ਸਰਸੇ ਦੇ ਲਿਖਿਆ ਉੱਪਰ ਸਰਸਾ ਦੇ ਹੋਲਡਿੰਗ ਇਹ ਜਿਹੜੇ ਹੋਲਡਿੰਗ ਹੈਗੇ ਉਹਨਾਂ ਦੇ ਬਿੱਲ ਵੀ ਦਿੱਲੀ ਗੁਰਦੁਆਰਾ ਕਮੇਟੀ ਪੇ ਕਰ ਰਹੀ ਹੈ ਵੀ ਮੈਂ ਕੋਈ ਪਰਸਨਲ ਹੋਲਡਿੰਗ ਲਾਉਣਾ ਦਿੱਲੀ ਕਮੇਟੀ ਕਿਉਂ ਪੇ ਕਰੇਗੀ ਹਾਂਜੀ ਕਾਂਗਰਸ ਨੇ ਕਿਉਂ ਕੀਤੀ ਜੀ ਉੱਥੇ ਮੋਗੇ ਰੈਲੀ ਜੀ ਹੈ ਸਰਕਾਰੀ ਖਰਚਾ ਹੋਇਆ ਜੀ ਤੁਸੀਂ ਸਾਰੇ ਦਿੱਲੀ ਕਮੇਟੀ ਲੁੱਟ ਕੇ ਲੈ ਗਏ ਤੁਸੀਂ ਤੇ ਗੁਰਦੁਆਰਾ ਲੁੱਟ ਕੇ ਲੈ ਗਏ ਇਹ ਮੈਂ ਮੰਨਦਾ ਬਈ ਰਫਾਲ ਦੇ ਮੁਕਾਬਲੇ ਇਹ ਘੁਟਾਲਾ ਬੜਾ ਛੋਟਾ ਪਰ ਇੱਕ ਦਿਲ ਗੁਰਦੁਆਰਿਆਂ ਦੇ ਹਿਸਾਬ ਸਿਰ ਘੁਟਾਲਾ ਬੜਾ ਵੱਡਾ ਰਫਾਲ ਤੋਂ ਵੀ ਵੱਡਾ ਮੈਂ ਕਹਿੰਦਾ ਜੀ ਬਿੱਲ 10,500 ਰੁਪਏ ਦਾ ਪਰ ਬਿੱਲ ਤੇ ਆਈ ਹੈ ਨਾ ਜੀ ਹਾਂਜੀ ਕਪਲਾ ਤੇ ਕਪਲਾ ਟੈਲੀਫੋਨ ਨਾਲ ਕਿੱਥੇ ਦੇ ਤਾ ਟੈਲੀਫੋਨ ਦਾ ਵੀ ਬਿੱਲ 22,000 ਰੁਪਏ ਦਾ ਨਹੀਂ ਤੂੰ ਹਾਂਜੀ ਦੱਸਿਆ ਨਹੀਂ ਟੈਲੀਫੋਨ ਇਹ ਮੈਂ ਦੱਸਿਆ ਜੀ ਨਹੀਂ ਪਰਸਨਲ ਇਹਦਾ ਪੀ ਏ ਹੈਗਾ 19-2-18 ਨੂੰ ਸਾਡੀ ਕੰਪਨੀ ਦੇ ਬਿੱਲ ਸਾਰੇ ਆਉਂਦੇ ਨੇ 100 ਟੈਲੀਫੋਨ ਉਹਨਾਂ ਦੇ ਬਿੱਲ ਨਹੀਂ ਆਉਂਦੇ ਇਹਦਾ 22,948 ਰੁਪਏ ਦਾ ਬਿੱਲ ਹੈਗਾ ਟੈਲੀਫੋਨ ਇੱਕ ਮਹੀਨੇ ਦਾ ਸਿਰਸੇ ਦਾ ਸਿਰਸੇ ਨੇ ਕਲੀਅਰ ਕੀਤਾ ਹੋਇਆ ਉਹਦੇ ਪੀ ਏ ਦਾ ਇਹ ਸਿਰਸੇ ਨੇ ਕਲੀਅਰ ਕੀਤਾ 22,948 ਰੁਪਏ ਦੇਖੋ ਜੀ ਇਹ ਸਾਰੇ ਫਲੰਦੇ ਹੈਗੇ ਜਿਹੜੇ ਕਿ ਇਹਨਾਂ ਦੇ ਕਾਗਜ਼ ਚਿੱਠੇ ਸਾਰੇ ਚੋਰੀਆਂ ਚਗਾਲੀਆਂ ਇਹ ਅਸੀਂ 2 ਦਿਨ ਲਾ ਕੇ ਐਕਸਪਰਟ ਨੂੰ ਬੁਲਾ ਕੇ ਤਾਂ ਕਿ ਕੋਈ ਇੱਕ ਬਿੱਲ ਵੀ ਹੇਠਾਂ ਉੱਪਰ ਨਾ ਜਾਵੇ ਪੈਸੇ ਦੀ ਸਾਡੀ ਡਿਮਾਂਡ ਜਿਹੜੀ ਹੈਗੀ ਬਿਲਕੁਲ ਇਹ ਹੈਗੀ ਕਿ ਇਹ ਜਿਹੜੀ ਕਮੇਟੀ ਹੈਗੀ ਇਹ ਡਿਸਮਿਸ ਹੋਣੀ ਚਾਹੀਦੀ ਹੈ ਇੱਥੇ ਨਵੀਆਂ ਚੋਣਾਂ ਹੋਣੀਆਂ ਚਾਹੀਦੀਆਂ ਨੇ ਜੇ ਇਹ ਧੰਗਾ ਮਸਤੀ ਨਾਲ ਐਗਜ਼ੈਕਟਿਵ ਚੋਣ ਕਰਦੇ ਹਨ ਔਰ 5 ਆਫਿਸ ਵੀਰਾਂ ਦੇ ਵਿੱਚੋਂ ਇਹ ਕਿਸੇ ਨੂੰ ਚੁਣਦੇ ਹਨ ਕਿਸੇ ਪੋਸਟ ਵਾਸਤੇ ਤਾਂ ਅਸੀਂ ਇਹ ਮਾਮਲਾ ਕਾਲ ਤਖ਼ਤ 'ਤੇ ਵੀ ਲੈ ਕੇ ਜਾਵਾਂਗੇ ਮੈਂ ਇੱਕ ਗੱਲ ਅਸੀਂ ਕਹਿ ਦੇਣੀ ਚਾਹੁੰਦੇ ਹਾਂ ਮਤ ਸਰਸਾ ਸਮਝੇ ਵੀ ਮੇਰੇ ਹੱਥ ਬੜੇ ਲੰਬੇ ਹੈਗੇ ਅਤੇ ਮੇਰਾ ਕੋਈ ਵਿਗਾੜ ਨਹੀਂ ਸਕਦਾ ਅੱਜ ਪ੍ਰੈਸ ਸਾਹਮਣੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਵੀ ਸਰਸੇ ਦੀਆਂ ਇਹਨਾਂ ਚੋਰੀਆਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਵੀ ਚੋਰੀਆਂ ਕੀਤੀਆਂ ਨੇ ਇਹਨਾਂ ਨੂੰ ਮੁਕਾਮ 'ਤੇ ਪਹੁੰਚਾਉਣ ਦਾ ਸਾਡਾ ਫੈਸਲਾ ਹੈਗਾ ਔਰ ਜੀਵਨ ਦੇ ਅੰਤਲੇ ਸਾਹ ਤੱਕ ਅਸੀਂ ਇਹ ਕੋਸ਼ਿਸ਼ ਸਾਡੀ ਜਾਰੀ ਰਹੇਗੀ ਵੀ ਅਸੀਂ ਇਹਨਾਂ ਨੂੰ ਇਹਨਾਂ ਦੇ ਮੁਕਾਮ ਤਿਹਾੜ ਪਹੁੰਚਾ ਕੇ ਤਾਂ ਹੀ ਦਮ ਲਵਾਂਗੇ ਮਰਾਂਗੇ ਇਹਨਾਂ ਜੇਲ੍ਹ ਪਹੁੰਚਾ ਇਹ ਚੱਕਾਂ ਦੀਆਂ ਕਾਪੀਆਂ ਵੇਖੋ ਇਹਨਾਂ ਨੂੰ ਜੇਲ੍ਹ ਪਹੁੰਚਾ ਕੇ ਮਾਰਾਂਗੇ ਉਸ ਤੋਂ ਪਹਿਲਾਂ 13,46,000 ਗੁਰੂ ਕੋਲ ਮੰਗ ਲਾਂਗੇ 12,00,000 17,00,000 ਸਭ ਪੇਮੈਂਟ ਹੋਈ ਚੈੱਕ ਹੋਏ ਹੋਏ ਜੀ ਨਾਲ ਚੈੱਕਾਂ ਦੀ ਪੇਮੈਂਟ ਨਾਲ ਆਈ ਹੈ ਇਹ ਨਹੀਂ ਖਾਲੀ ਉਹ ਬਣੇ ਨੇ ਤੁਸੀਂ ਕਹਿ ਰਹੇ ਹੋ ਕਿ
ਜਦੋਂ ਕਮੇਟੀ ਆਈ ਸੀ ਦੇਣਾ ਤੇ ਉਸ ਟਾਈਮ 2 ਮਹੀਨੇ ਦੀਆਂ ਤੇ ਇਹ ਤੁਹਾਡੇ ਕੋਲ ਆਉਣ ਚ ਇੰਨਾ ਟਾਈਮ ਕਿਉਂ ਲੱਗ ਗਿਆ 6 ਸਾਲ ਕਿਉਂ ਲੱਗ ਗਏ ਇਸ ਤੋਂ ਇਲਾਵਾ ਸੀ ਇਹਨਾਂ ਦੇ ਉੱਪਰ ਜੀ ਅਸੀਂ ਪੁਲਿਸ ਕੇਸ ਆ ਕੇ ਫੌਰਨ 2-3 ਦਿਨਾਂ ਦੇ ਵਿੱਚ ਵਕੀਲਾਂ ਨਾਲ ਸਲਾਹ ਕਰਕੇ ਇਹਨਾਂ ਨਾਲ ਕ੍ਰਿਮੀਨਲ ਕੇਸ ਜਿਹੜੇ ਹੈਗੇ ਨੇ ਉਹ ਅਸੀਂ ਦਾਇਰ ਕਰਾਂਗੇ ਜਿੱਥੇ ਵੀ ਹੋ ਸਕਿਆ ਉੱਥੇ ਜਾਵਾਂਗੇ। ਤੁਸੀਂ ਇੱਕ ਜਗ੍ਹਾ ਕਿਹਾ ਕਿ ਵੀ ਬੀਜੇਪੀ ਬਚਾ ਰਹੀ ਹੈ, ਉਹ ਕਿਵੇਂ ਬਚਾ ਰਹੀ ਹੈ? ਬੀਜੇਪੀ ਹੀ ਬਚਾ ਰਹੀ ਹੈ ਇਹਨਾਂ ਨੂੰ ਜੀ? ਨਹੀਂ, ਮੈਂ ਆਮ ਆਦਮੀ, ਇੱਕ ਸੈਕਿੰਡ, ਆਮ ਆਦਮੀ 'ਤੇ ਇਤਨੇ ਦਫਾਵਾਂ ਲੱਗੀਆਂ ਹੋਣ ਕਿ ਉਹ ਘੁੰਮ ਸਕਦਾ ਬਾਹਰੋਂ? ਇਹ ਜੇਟਲੀ ਸਾਹਿਬ ਦੇ ਆਫਿਸ 'ਚੋਂ ਟੈਲੀਫੋਨ ਆ ਜਾਂਦੀਆਂ ਵੀ ਰਫਾ ਦਫਾ ਕਰੋ ਇਸ ਕੋ। ਤੁਸੀਂ ਕਿਹਾ ਪੁਰਾਣਾ ਪਰ ਇਹਨਾਂ ਦਾ ਜਿਹੜਾ ਕਾਰਜਕਾਲ ਰਿਹਾ ਸਾਰਾ ਦਾਗੀ ਹੈਗੇ ਨੇ, ਪੰਜਾਂ ਤੋਂ ਕਿਸੇ ਨੂੰ ਪ੍ਰਧਾਨਗੀ ਤੇ ਨਹੀਂ ਜਾਣਾ ਚਾਹੀਦਾ, ਇਹਨਾਂ ਨੂੰ ਪ੍ਰਧਾਨ ਨਹੀਂ ਬਣਾ ਦੇਣਾ ਚਾਹੀਦਾ ਕਿਸੇ ਨੂੰ, ਮਗਰ ਦਿੱਲੀ ਸੰਗਤ 'ਚ ਕੀ ਇੰਪੈਕਟ ਹੈਗਾ ਇਹਨਾਂ ਸਾਰੀ ਚੀਜ਼ਾਂ ਦਾ? ਦਿੱਲੀ ਦੇ ਵਿੱਚ ਬੜਾ ਇੰਪੈਕਟ ਹੈਗਾ। ਅੱਜ ਤੁਸੀਂ ਇਹ ਗੱਲ ਮੈਨੂੰ ਨਾ ਪੁੱਛੋ, ਤੁਸੀਂ ਸਵੇਰੇ ਹਿੰਮਤ ਕਰਕੇ ਬੰਗਲਾ ਸਾਹਿਬ ਜਾਂ ਸੀਸਗੰਜ ਮੱਥਾ ਟੇਕਣ ਚਲੇ ਜਾਓ, ਉੱਥੋਂ ਪੁੱਛ ਲਓ, ਉੱਥੋਂ ਪੁੱਛੋ ਕਿਸੇ ਕੋਲੋਂ, ਔਰ ਪੁੱਛੋ ਵੀ ਉਸ ਕੋਲੋਂ ਜਿਹਨੂੰ ਜਿਹੜਾ ਤੁਹਾਨੂੰ ਲੱਗੇ ਵੀ ਇਹ ਸਭ ਤੋਂ ਢਿੱਲਾ ਸਰਕਾਰ ਹੈ, ਜਿਹੜਾ ਸਭ ਤੋਂ ਢਿੱਲਾ ਸਰਦਾਰ ਤੁਹਾਨੂੰ ਲੱਗੇ ਉਸ ਤੋਂ ਪੁੱਛੋ, ਉਹ ਤੁਹਾਨੂੰ ਦੱਸੇਗਾ। ਬਿਊਰੋ ਰਿਪੋਰਟ, ਸਿੱਕ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।